ਐਲਨ ਮਸਕ ਜੀ ਕਹਿੰਦੇ ਕਹਿੰਦੇ ਵੀ ਜੇਕਰ AI ਜੋਬਾਂ ਖਾ ਜਾਂਦਾ ਤਾਂ ਕੋਈ ਗੱਲ ਨਹੀਂ ਖਾ ਜਾਣ ਦੋ ਪਰ ਤੁਹਾਡੇ ਕੋਲੇ ਪੈਸਾ ਬਹੁਤ ਆ ਜਾਣਾ ਤੁਹਾਨੂੰ ਜੋਬਾਂ ਦੀ ਲੋੜ ਹੀ ਨਹੀਂ ਪੈਣੀ ਜਦੋਂ ਪੈਸੇ ਹੀ ਆ ਗਏ ਫਿਰ ਜੋਬ ਕਰਕੇ ਕੀ ਕਰਨੀ ਹੈ ਤੇ ਮਸਕ ਸਾਹਿਬ ਨੂੰ ਇਹ ਗੱਲ ਸਮਝਾਉਣਾ ਲਈ ਇਹ ਵੀ ਪੈਸਾ ਜੇ ਆ ਵੀ ਗਿਆ ਤਾਂ ਪੈਸੇ ਨੂੰ ਸਰਕੂਲੇਟ ਕਰਨ ਵਾਸਤੇ ਹਰ ਚੀਜ਼ ਨੂੰ ਖਰੀਦਣ ਵਾਸਤੇ ਕੋਈ ਚੀਜ਼ ਚਾਹੀਦੀ ਹੈਗੇ ਆ ਬੰਦੇ ਚਾਹੀਦੇ ਆ ਤੇ ਉਹ ਕਿਵੇਂ ਇਹਨਾਂ ਦੀ ਗੱਲ 'ਚ ਮੈਨੂੰ ਤੰਤਜਾ ਲੱਗਿਆ ਨਹੀਂ ਜੀ ਤੁਹਾਨੂੰ ਕਿਵੇਂ ਲੱਗਿਆ ਵਟਸਐਪ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਐਂ ਲੱਗਦਾ ਹੈ ਕਿ ਜੇ ਮੈਂ ਜੋਬ ਕਰਦਾ ਜਾਂ ਨਹੀਂ ਕਰਦਾ ਮ ਫਰਕ ਨਹੀਂ ਪੈਂਦਾ ਮੇਰੇ ਕੋਲੇ ਪੈਸਾ ਤੁਰਿਆ ਆਉਂਦਾ ਸ਼ਾਇਦ ਉਹ ਓਵਰਆਲ ਵਰਲਡ ਦੀ ਸਿਚੁਏਸ਼ਨ ਉਹਨਾਂ ਨੇ ਨਹੀਂ ਦੇਖੀ ਕਿ ਕਿਦਾਂ ਲੋਕ ਸਰਵਾਈਵ ਕਰ ਰਹੇ ਨੇ ਇਹਨਾਂ ਨੇ ਇਹ ਕਿਹਾ ਕਿ ਏਆਈ ਬਾਰੇ ਵੱਡਾ ਬਿਆਨ ਦਿੱਤਾ ਇਹਨਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੀਆਂ ਜੌਬਸ ਖਾ ਜਾਏਗਾ ਪਰ ਇਹ ਕੋਈ ਬੈਡ thing ਨਹੀਂ ਹੈ ਜੋ ਜੌਬਸ ਖਾ ਵੀ ਜਾਏਗਾ ਸਾਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡੇ ਕੋਲ ਤਾਂ ਕਹਿੰਦੇ ਪੈਸਾ ਜਨਰੇਟ ਹੁੰਦਾ ਹੀ ਰਹਿਣਾ ਸਾਰੀ ਦੁਨੀਆ ਦੇ ਕੋਲੇ ਇਹ ਇੱਕ ਟੈਕ ਕਾਨਫਰੰਸ ਸੀ ਕਿ ਬਲੱਡਸਬ ਤੇ ਪੈਰਿਸ ਦੇ ਵਿੱਚ ਹੋ ਰਹੀ ਸੀ ਇਹਦਾ ਨਾਮ ਹੈਗਾ ਵਾਈਵਾ ਟੈਕ ਥਰਸਡੇ ਨੂੰ ਇਹ ਅੱਜ ਹੀ ਹੋਈ ਹੈ ਜੀ ਇਹ ਕਾਨਫਰੰਸ ਤੇ ਇਹ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਈਲਨ ਮਸਕ ਹੋਰੀ ਇਹਦੇ ਨਾਲ ਜੁੜੇ ਸੀਗੇ ਜਿਹਦੇ ਵਿੱਚ ਉਹਨਾਂ ਨੇ ਕਹਿ ਕੇ ਪ੍ਰੋਬੇਬਲੀ ਸਾਡੇ ਵਿੱਚੋਂ ਕਿਸੇ ਦੇ ਕੋਲ ਵੀ ਜੌਬ ਨਹੀਂ ਬਚੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਜ੍ਹਾ ਕਰਕੇ ਆਉਣ ਵਾਲੇ ਫਿਊਚਰ ਦੇ ਵਿੱਚ ਈਲਨ ਮਸਕ ਹੋਰਾਂ ਨੇ ਕਿਹਾ ਕਿ ਜੌਬਸ ਸਾਡੇ ਕੋਲ ਹੌਬੀਜ਼ ਵਾਂਗੂ ਹੋ ਜਾਣਗੀਆਂ ਤੁਹਾਡੀ ਆਪਣੀ ਮਰਜ਼ੀ ਹੋਊਗੀ ਜੇ ਤੁਹਾਡਾ ਦਿਲ ਕਰਦਾ ਤਾਂ ਜੌਬਸ ਕਰ ਲਵੋ ਨਹੀਂ ਦਿਲ ਕਰਦਾ ਤੇ ਨਾ ਕਰੋ ਜਿਹੜੀ AI ਹੈ ਜਾਂ ਜਿਹੜੇ ਰੋਬੋਟਸ ਆ ਉਹ ਤੁਹਾਡੇ ਲਈ ਗੂਡਸ ਐਂਡ ਸਰਵਿਸ ਪ੍ਰੋਵਾਈਡ ਕਰਦੇ ਰਹਿਣਗੇ ਸੋ ਤੁਹਾਡੇ ਲਈ ਜਸਟ ਇੱਕ ਇਹ ਸ਼ੌਂਕ ਜਾਂ ਬਣ ਜਾਊਗਾ ਉਹਨਾਂ ਕਹਿੰਦੇ ਕਿ AI ਦੇ ਕਾਰਨ ਯੂਨੀਵਰਸਲ ਇਨਕਮ ਹੈ ਜਿਹੜੀ ਉਹ ਬਹੁਤ ਹਾਈ ਹੋ ਜਾਊਗੀ ਤੇ ਜੋ ਉਹ ਬੰਦਾ ਚੂਜ਼ ਕਰੇਗਾ ਆਪ ਖੁਦ ਕਿ ਉਹਨੇ ਜੌਬ ਕਰਨੀ ਆ ਕਿ ਨਹੀਂ ਕਰਨੀ ਜੇ ਬੰਦਾ ਚੂਜ਼ ਕਰਦਾ ਕਿ ਮੈਂ ਜੌਬ ਨਹੀਂ ਕਰਨੇ ਬਿਲਕੁਲ ਮੈਂ ਢੱਕਾ ਨਹੀਂ ਤੋੜਨਾ ਉਹਦਾ ਵੀ ਗੁਜ਼ਾਰਾ ਵਧੀਆ ਹੋਈ ਜਾਊਗਾ ਉਹ ਕਹਿੰਦੇ ਕਿ ਗੂਡਸ ਐਂਡ ਸਰਵਿਸ ਦੇ ਵਿੱਚ ਕੋਈ ਸ਼ਾਰਟੇਜ ਨਹੀਂ ਰਹੇਗੀ ਕਿਉਂਕਿ AI ਤੇ ਰੋਬੋਟਸ ਆ ਜਿਹੜੀ ਇਹਦੀ ਪਰਭਾਈ ਕਰੀ ਜਾਣਗੇ ਵੈਸੇ ਬ੍ਰਾਦਰ ਸਾਹਿਬ ਪਿਛਲੇ ਸਮੇਂ ਦੇ ਵਿੱਚ AI ਦੀਆਂ ਕੈਪੇਬਿਲਿਟੀਆਂ ਬਹੁਤ ਵੱਧ ਗਈਆਂ ਕੰਪਨੀਆਂ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਡ ਹੈਗੀਆਂ ਨੇ ਕਿ AI ਤੋਂ ਕਿਹੜਾ ਕੰਮ ਲਈਏ ਤੇ ਕਿਹੜਾ ਕੰਮ ਨਾ ਲਈਏ ਅਜੇ ਤੱਕ ਤਾਂ ਵੈਸੇ ਜੇ ਆਪਾਂ ਗੱਲ ਕਰੀਏ ਤਾਂ AI ਦੇ ਬੈਡ ਇੰਪੈਕਟ ਹੀ ਦੇਖ ਰਹੇ ਆਂ ਜੌਬ ਰੋਲ ਦੇ ਮੁਤਾਬਕ AI ਆਪਾਂ ਦੇਖਿਆ ਕਿ ਕਿੰਨੀਆਂ ਸਾਰੀਆਂ ਲੇਆਫਸ ਹੋ ਗਈਆਂ ਨੇ ਅਜੇ ਤੱਕ ਤਾਂ ਜੌਬਸ ਖਾਈ ਰਿਹਾ ਆਟੋਮੇਟਿਡ ਪ੍ਰੋਸੈਸ ਹੋ ਰਿਹਾ AI ਬਿਨਾ ਤੱਕੇ ਦਿਨ ਰਾਤ ਕੰਮ ਕਰੀ ਜਾਂਦਾ ਤੇ ਬੰਦਿਆਂ ਦੇ ਮੁਕਾਬਲੇ ਸਸਤਾ ਪੈਂਦਾ ਹੈ ਅਜੇ ਤੱਕ ਤਾਂ ਮਲਟੀਪਲ ਲੋਕਾਂ ਦੀਆਂ ਜੌਬਸ ਖਾ ਗਿਆ ਪਰ ਇਹ ਨਹੀਂ ਸਮਝ ਆਉਂਦੀ ਕਿ ਮਸਕ ਸਾਹਿਬ ਕਿਸ ਬਿਨਾ ਤੇ ਕਹਿ ਰਹੇ ਨੇ ਕਿ ਸਾਨੂੰ ਜੌਬ ਕਰਨ ਦੀ ਲੋੜ ਹੀ ਨਹੀਂ ਪੈਣੀ ਜੀ ਬਰਾਤ ਸਾਹਿਬ ਬਿਲਕੁਲ ਜੀ ਇਹ ਤਾਂ ਸੱਚ ਹੀ ਕਹਿ ਰਹੇ ਨੇ ਇਹ ਕਹਿੰਦੇ ਵੀ ਸਾਨੂੰ ਨਹੀਂ ਮੈਨੂੰ ਜੌਬ ਕਰਨ ਦੀ ਲੋੜ ਨਹੀਂ ਪੈਣੀ ਜਿਹੜਾ ਪਹਿਲਾਂ ਥੋੜਾ ਬਹੁਤ ਮੱਥਾ ਮਾਰਦੇ ਉਹ ਵੀ ਨਹੀਂ ਮਾਰਨ ਦੀ ਲੋੜ ਪੈਣੀ AI ਦੇ ਇੰਨੇ ਲੋਕਾਂ ਲੋਕ ਹੀ ਇੰਨੇ ਇਕੱਠੇ ਕਰਦੇ ਨੇ ਆਪੇ ਇਹਨਾਂ ਨੂੰ ਹਾਇਰ ਹੋਰ ਹੋਈ ਜਾਣੇ ਆਪੇ ਸਿਸਟਮ ਹੋਈ ਜਾਣੇ ਇਹਨਾਂ ਦਾ ਤੇ ਵੈਸੇ ਵੀ AI ਦਾ ਫਾਇਦਾ ਤਾਂ ਪੂੰਜੀਪਰਤੀ ਲੋਕਾਂ ਨੂੰ ਹੀ ਹੋਣਾ ਆਮ ਲੋਕਾਂ ਨੂੰ ਤਾਂ ਕੀ ਹੋਣਾ ਤੇ ਜਿੰਨਾਂ ਕੋਲ ਚਾਰ ਪੈਸੇ ਹੈਗੇ ਅਗਲਾ ਮਸ਼ੀਨਾਂ ਲਾ ਕੇ ਕੰਮ ਕਢਾ ਲਿਆ ਕਰੂਗਾ ਤੇ ਲੋਕਾਂ ਦੀ ਤਾਂ ਲੋੜ ਹੀ ਨਹੀਂ ਪੈਣੀ ਇਹੀ ਚੀਜ਼ ਹੋਣੀ ਹੈ ਵੀ ਜੇ ਫੂਡ ਵੀ ਪ੍ਰੋਡਕਸ਼ਨ ਕਿ ਦੇ ਤੂੰ ਵੀ ਆ ਲੋ ਜੀ ਸੇਵ ਕੱਢ ਤਾਂ ਮੈਂ ਤੇ ਤੁਸੀਂ ਖਾ ਲੋ ਇਹ ਉੱਥੇ ਲਿਖਤਾ ਤੇ ਜੇ ਉੱਥੇ ਲਿਖਤਾ ਰੋਟੀ ਦਾ ਰੋਟੀ ਬਣ ਕੇ ਆ ਜੂ ਉੱਥੇ ਵੀ ਤਾਂ ਬੰਦੇ ਚਾਹੀਦੇ ਹੋਣੇ ਆ ਉੱਥੇ ਜ਼ਮੀਨ ਨਹੀਂ ਗੋਣਾ AI ਨੇ ਥੋੜੋ ਜਿਹਾ ਦੇ ਨਾ ਬਿਲਕੁਲ ਵਟਸਐਪ ਮੇਰੇ ਵੀ ਸਭ ਤੋਂ ਪਹਿਲੀ ਚੀਜ਼ ਇਹੀ ਮਾਈਂਡ ਦੇ ਵਿੱਚ ਆਈ ਇਹਨਾਂ ਦੀ ਇਹ ਟਿੱਪਣੀ ਸੁਣ ਕੇ ਕਿ AI ਸਾਰਾ ਕੁਝ ਕਿਵੇਂ ਕਰੀ ਜਾਊਗਾ ਬੰਦਿਆਂ ਦੀ ਲੋੜ ਤਾਂ ਹਰ ਪਾਸੇ ਪੈਣੀ ਆ ਜਿਵੇਂ ਕਹਿ ਰਹੇ ਨੇ ਕਿ ਰੋਬੋਟਸ ਤੁਹਾਡਾ ਕੰਮ ਕਰ ਦੇਣਗੇ ਰੋਬੋਟਸ ਖੇਤੀ ਕਰ ਸਕਦੇ ਨੇ ਕਿੰਨੀ ਕ ਖੇਤੀ ਕਰ ਸਕਦੇ ਨੇ ਕਿਸ ਲੈਵਲ ਤੇ ਉਹ ਕਰ ਲੈਣਗੇ ਕੱਲੀ ਆਪਾਂ ਖੇਤੀ ਦੀ ਐਗਜ਼ਾਮਪਲ ਲਈਏ ਫੂਡ ਪ੍ਰੋਡਕਸ਼ਨ ਦੀ ਗੱਲ ਕਰੀਏ ਕਿ ਰੋਬੋਟਸ ਉਸ ਲੈਵਲ ਦਾ ਫੂਡ ਬਣਾ ਸਕਦੇ ਨੇ ਜਿਹੋ ਜਿਹੇ ਬੰਦੇ ਬਣਾ ਸਕਦੇ ਨੇ ਤੇ ਜੇ ਇਹ ਸਾਰਾ ਕੁਝ ਹੋਊਗਾ ਵੀ ਤਾਂ ਬਰਾਤ ਸਾਬ ਇਸ ਚੀਜ਼ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਊਗਾ ਤੇ ਇੱਕ ਚੀਜ਼ ਦੇ ਦੇਖਣੀ ਚਾਹੀਦੀ ਆ ਕਿ ਕਦੇ ਵੀ ਇਹਨਾਂ ਦੇ ਕਹਿ ਮੁਤਾਬਕ ਜਿਵੇਂ ਕਹਿੰਦੇ ਨੇ ਕਿ ਯੂਨੀਵਰਸਲ ਇਨਕਮ ਬਹੁਤ ਹਾਈ ਹੋ ਜਾਊਗੀ ਇਹ ਪੋਸੀਬਲ ਨਹੀਂਗਾ ਆਪਾਂ ਨੂੰ ਪਤਾ ਕਿ ਇਸ ਮਾਮਲੇ ਦੇ ਵਿੱਚ ਕਦੇ ਵੀ ਸਟੇਬਿਲਟੀ ਨਹੀਂ ਆ ਸਕਦੀ। ਅਮੀਰ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਹੈ। ਮਿਡਲ ਕਲਾਸ ਕਈ ਸਦੀਆਂ ਤੋਂ ਉਸੇ ਜੇ ਹਾਲਤ ਦੇ ਵਿੱਚ ਹੈਗਾ ਤੇ ਜਿਹੜਾ ਗਰੀਬ ਆ ਉਹ ਲਗਾਤਾਰ ਗਰੀਬੀ ਵੱਲ ਨੂੰ ਜਾ ਰਿਹਾ ਹੈ। ਵੈਸੇ ਪ੍ਰਧਾਨ ਸਾਹਿਬ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਕਿ AI ਦੇ ਨਾਲ ਰਿਲੇਟਡ ਹੈ। ਮੈਨੂੰ ਕਿਸੇ ਸੱਜਣ ਮਿੱਤਰ ਨੇ ਇਹ ਦੱਸਿਆ ਹੈ ਕਿ ਇੰਡੀਆ ਦੇ ਵਿੱਚ ਕੁਝ ਕੰਪਨੀਆਂ AI ਦੇ ਨਾਮ ਤੇ ਲੋਕਾਂ ਨੂੰ ਡਰਾ ਵੀ ਰਹੀਆਂ ਨੇ। ਰੀਸੈਂਟਲੀ ਪਤਾ ਲੱਗਿਆ ਕਿ ਕਿਸੇ ਕੰਪਨੀ ਨੇ ਆਪਣੇ EMPLOYEES ਦਾ ਅਪਰੇਜ਼ਲ ਕਰਨਾ ਸੀਗਾ। ਉਹਨਾਂ ਨੇ ਉਹਨਾਂ ਨੂੰ ਕਿਹਾ ਹੋਇਆ ਸੀਗਾ ਕਿ ਜੂਨ ਜਾਂ ਜੁਲਾਈ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਆ ਉਹਦੇ ਵਿੱਚ ਹਾਈਕ ਦੇ ਦੇਵਾਂਗੇ ਤੇ ਜਦੋਂ ਉਹਨਾਂ ਨੇ ਕਿਹਾ ਕਿ ਜੂਨ ਜੁਲਾਈ ਤਾਂ ਭਈ ਆ ਗਿਆ ਹੁਣ ਮਈ ਦਾ ਆਖਰੀ ਹਫਤਾ ਚੱਲਣ ਵਾਲਾ ਸਾਨੂੰ ਅਜੇ ਤੱਕ ਹਾਈਕ ਦੇ ਬਾਰੇ ਤੁਸੀਂ ਕੁਝ ਨਹੀਂ ਦੱਸਿਆ ਤਾਂ ਉਹਨਾਂ ਨੇ ਇੱਕ ਉਹਨਾਂ ਦੀ ਸਾਰਿਆਂ ਦੀ ਇਕੱਠੀਆਂ ਕਰਕੇ ਇੱਕ ਗਰੁੱਪ ਕਾਨਫਰੰਸ ਕਹਿ ਲੋ ਜਾਂ ਕਾਲ ਲਈ ਤੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਦੇਖੋ ਹੁਣ ਇਸ ਚੀਜ਼ ਤੇ ਰੌਲਾ ਪਾਉਣ ਦਾ ਫਾਇਦਾ ਨਹੀਂਗਾ ਇਹ ਆ ਹੀ ਆ ਗਿਆ ਜੀ ਤੇ AI ਦੇ ਕਰਕੇ ਹੁਣ ਇਹ ਨਾ ਹੋਵੇ ਕਿ ਤੇ ਕੰਮ ਆਟੋਮੇਟਡ ਹੋਣ ਲੱਗ ਪਏ ਜਿਹੜੀਆਂ ਮੇਲਾਂ ਦਾ ਆਨਸਰ ਤੁਸੀਂ ਦੇਣੇ ਹੋ ਉਹ AI ਦੇਣ ਲੱਗ ਪਵੇ ਤੇ ਇਹ ਨਾ ਹੋਵੇ ਕਿ ਜਿਹੜੀ ਤੁਸੀਂ ਸੈਲਰੀ ਲੈਣੇ ਹੋ ਉਹਦੇ ਤੋਂ ਵੀ ਤੁਸੀਂ ਜਾਓ ਸੋ ਇਸ ਕਰਕੇ ਆਪਰੇਜ਼ਲ ਦਾ ਖਿਆਲ ਤੁਸੀਂ ਛੱਡ ਦਿਓ ਸੋ ਇਹ ਪਤਾ ਲੱਗਿਆ ਕਿ ਇੰਡੀਆ ਦੇ ਵਿੱਚ ਕਈ ਕਾਰਪੋਰੇਟ ਫਰਮਸ ਹੈਗੀਆਂ ਜਿਹੜੀਆਂ ਉਹ AI ਦੇ ਨਾਮ ਤੇ ਆਪਣੇ EMPLOYEES ਨੂੰ ਡਰਾ ਰਹੀਆਂ ਨੇ ਤੁਸੀਂ ਇਹਦੀ ਗੱਲ ਕਰਦੇ ਹੋ ਜੀ ਇੱਥੇ ਲੋਕਾਂ ਨੇ GST ਦੇ ਨਾਂ ਤੇ ਬਥੇਰੇ ਪੈਸੇ ਕਮਾ ਲਈ ਜਿੱਤੇ ਕਿਸੇ ਤੇ ਨਹੀਂ ਟੈਕਸ ਲੱਗਣਾ ਹੁੰਦਾ ਅਸੀਂ ਕਹਿ ਦਿੰਦੇ ਜੀ GST ਨੇ ਮਹਿੰਗਾ ਕਰਤਾ GST ਲੱਗ ਗਈ ਤਾਂ ਇੰਨੀ ਚੀਜ਼ ਮਹਿੰਗੀ ਹੋ ਗਈ ਇੰਨੀ ਘਟਾਤੀ ਤਾਂ ਉੱਥੇ ਇੰਡੀਆ 'ਚ ਤਾਂ ਤੁਸੀਂ ਗੱਲ ਕੀ ਕਰਦੇ ਉੱਥੇ ਤਾਂ ਐਵੇਂ ਹੀ ਨਾਲ 4-5 ਚੀਜ਼ਾਂ ਜੋੜ ਦਿੰਦੇ ਬੰਦੇ ਦੇ ਬਿਲਕੁਲ ਵਟਸਐਪ ਇਹਦਾ ਵਧੀਆ ਹਾਲੇ ਆ ਜੀ ਆਪਾਂ ਨੂੰ ਜਿਹੜੇ ਆਪਾਂ ਨੂੰ ਇੰਡੀਆ ਦੇ ਦਰਸ਼ਕ ਕੋਈ ਸੁਣ ਰਹੇ ਆ ਕਿ ਤੁਹਾਨੂੰ ਹਰੇਕ ਸਬਜੈਕਟ ਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਜੇ ਕੋਈ ਤੁਹਾਨੂੰ AI ਦੇ ਨਾਮ ਤੇ ਡਰਾ ਰਿਹਾ ਤੇ ਤੁਹਾਨੂੰ ਕਹਿ ਦਿਓ ਕਿ ਠੀਕ ਹੈ ਭਾਈ ਫਿਰ ਸਾਨੂੰ ਤੁਸੀਂ ਸਾਨੂੰ ਫਾਰਗ ਕਰ ਦਿਓ ਤੇ ਸਾਨੂੰ ਸਾਡੀ ਥਾਂ ਤੇ AI ਤੋਂ ਕੰਮ ਲੈ ਲਵੋ ਜੇ ਕੋਈ GST ਦੇ ਨਾਮ ਤੇ ਤੁਹਾਨੂੰ ਡਰਾ ਰਿਹਾ ਤਾਂ ਤੁਹਾਨੂੰ GST ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਕਿਹੜੇ ਪ੍ਰੋਡਕਟ ਤੇ ਕਿੰਨੀ GST ਪੈਂਦੀ ਹੈ ਤੇ ਕੀ GST ਆਲਰੇਡੀ ਤਾਂ ਨਹੀਂ ਪਈ ਹੋਈ ਕਈ ਪ੍ਰੋਡਕਟ ਇਹੋ ਜਿਹੇ ਜਿਹਨੂੰ ਇੱਕ ਵਾਰੀ ਪੈਂਦੀ ਹੈ ਤੇ ਕਈ ਇਹੋ ਜਿਹੇ ਜਿਹਨੂੰ ਵਾਰੀ ਵਾਰੀ ਪੈਂਦੀ ਰਹਿੰਦੀ ਹੈ ਪਰ ਬਹੁਤ ਸਾਰੇ ਬੰਦਿਆਂ ਨੇ 인ਫਲੇਸ਼ਨ ਨੂੰ ਵਧੀਆ ਜਸਟੀਫਾਈ ਕਰਨ ਦਾ ਤਰੀਕਾ ਲੱਭ ਲਿਆ ਕਿ ਹਰੇਕ ਚੀਜ਼ ਦੇ ਨਾਲ ਕਹਿ ਦਿਓ ਕਿ GST ਬੜੀ ਹੋ ਗਈ ਹੈ ਜੀ ਬਿਲਕੁਲ ਜੀ ਇਹ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਵੀ ਪੈਂਦੀ ਹੈ ਕਿ ਨਹੀਂ ਪੈਂਦੀ ਕਿਹਦੇ ਤੇ ਪੈਂਦੀ ਹੈ ਤੇ ਕਿਵੇਂ ਪੈਂਦੀ ਤੋਂ ਬਚ ਸਕਦੇ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਟਿਕਟੌਕ ਤੇ ਇੰਸਟਾਗ੍ਰam ਤੇ ਤੇ YouTube ਤੇ ਤੇ ਤੁਹਾਨੂੰ ਬਚਾਅ ਕਰਦਿਆ ਕਰਾਂਗੇ ਤੁਹਾਡਾ